ਭਗਵੰਤ ਮਾਨ ਦਾ ਜਿਹੜਾ ਫੈਸਲਾ ਪਿਛਲੇ ਸਾਲ ਵੀ, ਹੁਣ ਇਸ ਵਾਰ ਇਹਨਾਂ ਨੇ ਵਾਅਦਾ ਕੀਤਾ ਸੀ ਵੀ 11 ਤਰੀਕ ਨੂੰ ਪੰਜਾਬ ਦੀਆਂ ਨਹਿਰਾਂ ਸੋਇਆਂ ਕੱਸੀਆਂ 'ਚ ਪਾਣੀ ਛੱਡਿਆ ਜਾਵੇਗਾ। ਉਹ ਵਾਅਦੇ ਦੇ ਮੁਤਾਬਕ 10 ਤਰੀਕ ਨੂੰ ਰਾਤ ਦੇ 12 ਵਜੇ ਸਾਡੇ ਕਿਸਾਨਾਂ ਦੇ ਕਹਿਣ ਮੁਤਾਬਕ ਵੀ ਪਾਣੀ ਰਾਤ ਨੂੰ ਸੋਇਆਂ ਨਹਿਰਾਂ ਦੇ ਵਿੱਚ ਆ ਗਿਆ ਸੀ। ਸੋ ਇਸ ਵਾਸਤੇ ਪੰਜਾਬ ਦੇ ਸੀਐਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੂਜੇ ਨੰਬਰ 'ਤੇ ਜਿਹੜਾ ਇਹ ਫੈਸਲਾ ਪਿਛਲੀਆਂ ਸਰਕਾਰਾਂ ਨੇ ਨਹੀਂ ਲਿਆ, ਜੇ ਪਹਿਲਾਂ ਅੱਜ ਤੋਂ 20 ਸਾਲੇ ਫੈਸਲਾ ਲਿਆ ਹੁੰਦਾ ਜੀ, ਪੰਜਾਬ ਹੁਣ ਸਾਡੀ ਧਰਤੀ ਬੰਜਰ ਬਣਦੀ ਜਾ ਰਹੀ ਹੈ। ਤਾਂ ਜਿਹੜਾ ਇੰਨਾ ਪਾਣੀ ਅਸੀਂ ਟਿਊਬਲਾਂ ਰਾਹੀਂ, 14 ਲੱਖ ਟਿਊਬਲ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ, ਉਹਦੇ ਰਾਹੀਂ ਪਾਣੀ ਕੱਢ ਕੇ ਜੇ ਨਾਲ ਨਹਿਰਾਂ ਦਾ ਸੋਇਆਂ ਦਾ ਪਾਣੀ ਦਿੱਤਾ ਜਾਂਦਾ ਕਿਸਾਨ ਭਰਾਵਾਂ ਨੂੰ, ਤਾਂ ਜਿਹੜੀ ਸਾਡੀ ਪੰਜਾਬ ਦੇ ਵਿੱਚ ਪਾਣੀ ਦਿਨ ਪਰ ਦਿਨ ਥੱਲੇ ਜਾ ਰਿਹਾ, ਜਿਹੜਾ ਤਜਰਬੇ ਦਾ ਕਹਿੰਦੇ ਨੇ ਆਉਣ ਵਾਲੇ 20-30 ਸਾਲਾਂ ਦੇ ਵਿੱਚ ਪਾਣੀ ਬਿਲਕੁਲ ਖਤਮ ਹੋਣ ਦੀ ਕਗਾਰ 'ਤੇ ਚਲਾ ਜਾਏਗਾ। ਜੇ ਕਮ ਸੇ ਕਮ ਇਹ ਫੈਸਲਾ ਅੱਜ ਤੋਂ 30-40 ਸਾਲ ਪਹਿਲਾਂ ਲਿਆ ਹੁੰਦਾ ਤਾਂ ਸਾਡਾ ਜਿਹੜਾ ਪਾਣੀ ਜਮ੍ਹਾਂ ਡੂੰਘਾ ਚਲਾ ਗਿਆ, ਉਹ 5-10 ਸਿਰ ਉੱਪਰ ਆਉਣਾ ਸੀ। ਸੋ ਜਿਹੜਾ ਇਹ ਵਾਅਦੇ ਦੇ ਮੁਤਾਬਕ ਸਰਦਾਰ ਭਗਵੰਤ ਸਿੰਘ ਮਾਨ ਨੇ ਅਤੇ ਜਿਹੜੇ ਮਹਿਕਮੇ ਦੇ ਮੰਤਰੀ ਨੇ, ਜਲ ਵਿਭਾਗ ਦੇ ਜਿਹੜੇ ਮੰਤਰੀ ਆ ਸਰਦਾਰ ਚੇਤਨ ਸਿੰਘ ਜੋੜੇਮਾ ਜੀ ਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਇਹ ਸੋਚਿਆ। ਕਿਉਂਕਿ ਜਿਹੜੀ ਲਾਈਟ 15 ਤਰੀਕ ਨੂੰ ਸੀਐਮ ਸਾਹਿਬ ਨੇ ਕਿਹਾ ਵੀ ਲਾਈਟ ਕਿਸਾਨਾਂ ਨੂੰ ਜਿਹੜਾ ਸਾਡਾ ਏਰੀਆ 'ਚ 15 ਤਰੀਕ ਨੂੰ ਦਿੱਤੀ ਜਾਏਗੀ, ਔਰ ਜੇ ਲਾਈਟ ਤੋਂ ਪਹਿਲਾਂ ਇਸ ਤਰ੍ਹਾਂ ਸੂਇਆਂ ਦਾ ਪਾਣੀ ਚੱਲਦਾ ਰਿਹਾ ਤਾਂ ਸਾਨੂੰ ਟਿਊਬਵੈੱਲ ਵੀ ਘੱਟ ਚਲਾਉਣੇ ਪੈਣਗੇ, ਤਾਂ ਇਹਦੇ ਵਾਸਤੇ ਜਿਹੜਾ ਸਾਡਾ ਪਾਣੀ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੀਤੇ 3 ਤਰੀਕ 'ਤੇ ਪਾਣੀ ਪਹੁੰਚਾ ਦਿੱਤਾ ਟੇਲਾਂ ਦੇ, 10 ਤਰੀਕ ਰਾਤ ਨੂੰ ਪਹੁੰਚ ਗਿਆ ਸੀ ਜੀ ਪਾਣੀ। ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਨੇ ਆ, ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ। ਸਾਡੇ ਹੁਣ ਖੇਤਾਂ ਨੂੰ ਪਾਣੀ ਲੱਗਾ, ਤੁਸੀਂ ਨਿਗਾਹ ਮਾਰ ਲਓ ਜੀ, ਕੱਸੀਆਂ ਨਾਲੀਆਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਸਮੱਸਿਆ ਸੀ, ਕਦੀ ਜਾਣੀ ਪ੍ਰੋਪਰ ਇਹਨਾਂ ਕੋਲ ਟਾਈਮ ਟੇਬਲ ਨਹੀਂ ਸੀ ਹੈਗਾ, ਕਦੀ 15 ਨੂੰ ਛੱਡਤਾ, ਕਦੀ 20 ਨੂੰ ਛੱਡਤਾ, ਕਦੀ ਬੰਦੀ ਆ ਗਈ। ਯਾਨੀ ਜਦੋਂ ਦੀ ਪੰਜਾਬ ਸਰਕਾਰ ਆਈ ਹੈ, ਇਹਨੇ ਜੋ ਕਿਹਾ ਉਹ ਕੀਤਾ ਜੀ। 10 ਤਰੀਕ ਨੂੰ ਕਿਹਾ ਸੀ ਅਤੇ 10 ਤਰੀਕਾਂ ਨੂੰ ਸਾਡੀਆਂ ਖੇਤਾਂ 'ਚ ਪਾਣੀ ਪਹੁੰਚ ਗਿਆ ਜੀ। ਸਾਨੂੰ ਬਹੁਤ ਵਧੀਆ ਕੀਤਾ ਜੀ, ਸੂਏ ਸਾਰੇ ਸਾਫ਼ ਕਰਾਏ ਨੇ, ਪਹਿਲਾਂ ਸੂਏ ਸਾਫ਼ ਕਰਾ ਕੇ ਹੁਣ ਪਾਣੀ ਕੱਲ੍ਹ ਦਾ ਸਾਡੇ ਕੋਲ ਪਹੁੰਚ ਗਿਆ। ਹੁਣ ਲੋਕਾਂ ਨੇ ਲਾਇਆ ਪਾਣੀ ਖੇਤਾਂ ਦੇ ਵਿੱਚ, ਅਤੇ ਆਪਣਾ ਲੋਕ ਖਾਣਾ ਖੁਣਾ ਸਾਰੇ ਸਾਫ਼ ਕਰਨ ਡੇ ਨੇ ਅੱਗੇ, ਅਤੇ ਇਹਦਾ ਬੜਾ ਫਾਇਦਾ ਹੋ ਗਿਆ ਜੀ ਬਹੁਤ ਆਪਾਂ ਨੂੰ। ਬਹੁਤ ਜ਼ਿਆਦਾ ਜੀ, ਆਪਣਾ ਜਿਹੜਾ ਥੱਲੇ ਵਾਲਾ ਪਾਣੀ ਉਹਦੀ ਬੱਚਤ ਹੋ ਜਾਏਗੀ। ਸਰਕਾਰਾਂ ਪਿਛਲੀਆਂ ਨੇ ਗੌਰ ਨਹੀਂ ਕੀਤੀ ਇਹ ਚੀਜ਼ਾਂ ਬਾਰੇ। ਆਉਣ ਵਾਲੇ ਟਾਈਮ 'ਚ ਅਸੀਂ ਪਾਣੀ ਨੂੰ ਵੀ ਤਰਸਾਂਗੇ ਪੀਣ ਵਾਲੇ ਨੂੰ, ਜੇ ਇਹੀ ਲੱਛਣ ਆ ਨਾ ਪਾਣੀ ਸਾਂਭਿਆ ਆਪਾਂ ਨਹਿਰਾਂ ਸੂਇਆਂ ਦਾ। ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਵਧੀਆ ਪ੍ਰਬੰਧ ਕੀਤੇ ਗਏ ਨੇ, ਅਤੇ ਜਿਹੜੀਆਂ ਵੀ ਮੋਟਰਾਂ ਕੁਝ ਹੁਣ BDS ਗ੍ਰਾਂਟ ਦੇ ਇਹ ਕਿਸਾਨ ਭਰਾਵਾਂ ਨੇ ਆਪਣਾ ਲੋਡ ਵਧਾਇਆ ਸੀ, ਅਸੀਂ ਉਹਨਾਂ ਦੀ ਲੋਡ ਸਮਰੱਥਾ ਦੇ ਮੁਤਾਬਕ ਟਰਾਂਸਫਾਰਮਰ ਸਥਾਪਿਤ ਕਰ ਦਿੱਤੇ ਨੇ ਜੀ, ਅਤੇ ਬਾਕੀ ਜਿਹੜੀ ਲਾਈਨਾਂ ਦੀ ਮੈਂਟੇਨੈਂਸ ਕਰਵਾ ਦਿੱਤੀ ਗਈ ਆ, ਜਿੱਥੇ ਕਿਤੇ ਲਾਈਨਾਂ ਤਾਰਾਂ ਢਿੱਲੀਆਂ ਵਗੈਰਾ ਸੀ ਉਹਨਾਂ ਥੱਲੇ ਅੰਡਰ ਦਾ ਲਾਈਨ ਪੋਲ ਲਗਾ ਦਿੱਤੇ ਗਏ ਨੇ, ਅਤੇ ਸਾਡੇ ਵੱਲੋਂ ਪ੍ਰਬੰਧ ਕਾਫੀ ਵਧੀਆ ਕੀਤੇ ਗਏ ਨੇ। ਨਹਿਰੀ ਪਾਣੀ ਆਉਣ ਵਾਲੀ ਦੇਖੋ ਫਾਇਦਾ ਹੁੰਦਾ ਹੀ ਹੁੰਦਾ ਜੀ, ਅਤੇ ਕਿਸਾਨ ਘੱਟ ਟਿਊਬਵੈੱਲ ਘੱਟ ਵਰਤਦੇ ਨੇ, ਜਦੋਂ ਨਹਿਰੀ ਪਾਣੀ ਪਹੁੰਚਦਾ ਜੀ ਅਤੇ ਉਹਦੇ ਨਾਲ ਬਿਜਲੀ ਦਾ ਲੋਡ ਵੀ ਘੱਟਦਾ ਜੀ। ਗਰਮੀ ਕਾਫੀ ਹੋ ਚੁੱਕੀ ਹੈ, ਅਤੇ ਤੁਹਾਨੂੰ ਜੇ ਕੋਈ ਕੱਟ ਲੱਗਿਆ ਤਾਂ ਦੱਸੋ, ਅੱਜ ਤੱਕ ਤਾਂ ਕੋਈ ਕੱਟ ਲੱਗਿਆ ਨਹੀਂ ਅਤੇ ਅੱਗੇ ਵੀ ਨਹੀਂ ਅਸੀਂ ਕੋਈ ਕੱਟ ਲੱਗੇ।